ਜਿਵੇਂ ਮਾਸ਼ਾਅੱਲਾ ਇੱਧਰ ਰੋਟੀਆਂ ਬਣ ਰਹੀਆਂ, ਅੰਦਰ ਹਲੀਮ ਤਿਆਰ ਹੋ ਰਿਹਾ ਅਤੇ ਕਨੋਪਾ ਲਗਾ ਰਹੇ, ਅਤੇ ਨਾਲ ਅਸੀਂ ਹੁਣ ਤਰਪਾਲ ਚੱਕ ਕੇ ਅੱਗੇ ਪਿਛਾਈ ਸੀ ਇੱਧਰ, ਹੁਣ ਤਰਪਾਲ ਇੱਧਰੋਂ ਇੱਧਰ ਲੈ ਕੇ ਆਵਾਂਗੇ, ਉੱਧਰ ਸਰਿਆ ਕਲੀਨ ਹੋ ਪਿਛਾ ਦਾਂਗੇ। दाल मसरां दी और दाल मूंगी हुण फिर जा रही है, गोश्त अगे पै गया कटे दा ते मुर्गियां दा ते हुण हल्दी और मसाले। ਸਭ ਇੱਧਰ ਰੋਟੀ ਬਣ ਰਹੀ ਹੈ ਅਤੇ ਇੱਧਰ ਰੋਟੀ ਦੀ ਪੈਕਿੰਗ ਚੱਲਦੀ ਪਈ ਆ, ਅਤੇ ਮਾਸ਼ਾਅੱਲਾ ਹੋਰ ਤਕਰੀਬਨ 40 ਮਿੰਟ ਸਾਡੀਆਂ ਦੇਗਾਂ ਤਿਆਰ ਹੋ ਜਾਣੀਆਂ, ਉਸ ਤੋਂ ਬਾਅਦ ਫਿਰ ਕੁਛ ਮਸ਼ੀਨ ਵਗਾ ਹੋਏਗਾ ਅਤੇ ਉਸ ਤੋਂ ਬਾਅਦ ਲੱਗ ਰਿਹਾ ਕੰਮ ਪੂਰੀ ਹੋ ਜਾਏਗੀ, ਫਿਰ ਚਾਲੂ ਕਰ ਦਾਂਗੇ। ਅੱਗ ਕੱਢ ਦਿਓ ਨਾ ਥੱਲੇ, ਜ਼ਿਆਦਾ ਬਹੁਤ ਸੰਘਣਾ ਹੁੰਦਾ, ਕੜਾਹੀ ਮਸਾਲਾ ਦੇਖਿਓ ਸਰਿਆ ਨਾ ਗੋਸ਼ਤ ਮੇਰੀ ਸੰਘਣੀ ਹੁੰਦੀ ਉਹਦੀ ਅੱਗ ਕੱਢੀਏ ਬਾਹਰ ਕੋਡਰ ਬਰਫ ਲੈ ਕੇ ਵੀ ਆ ਗਏ ਆ, ਹੈਦਰ ਭਾਈ ਆਈਸਕ੍ਰੀਮ ਵਾਲੇ ਆਏ ਹੋਏ ਆ ਅਤੇ ਵੀ ਕਿਆ ਆਵਾਮ ਲੈਣ ਸ਼ੁਰੂ ਹੋ ਗਈ ਆ, ਨੀਂਦ ਦੇ ਦੇਗਾ ਵੀ ਤਿਆਰ ਹੋ ਗਈਆਂ, ਨਿੱਕਿਆ ਤਾਂ ਫਿਰ ਮਧਾਨੀ ਚਲਾਉਣੀ ਵਿੱਚ ਲਾਈਟ ਦਾ ਇੰਤਜ਼ਾਰ, ਅਗਰ ਲਾਈਟ ਆ ਗਈ ਤਾਂ ਠੀਕ ਹੈ, ਨਹੀਂ ਤਾਂ ਫਿਰ ਇਨਵੈਟਰ 'ਤੇ ਚਲਾਵਾਂਗੇ। ਬਿਜਲੀ ਗਈ ਹੋਈ ਆ, ਇਨਵੈਟਰ ਤੋਂ ਲੀਡਾਂ ਲਗਾ ਕੇ ਲੈ ਕੇ ਆਇਆ ਸਪਲਾਈ ਤੋਂ, ਇੱਕ ਇਹ ਲੀਡ ਲਗਾਈ ਆ, ਇੱਕ ਉਹ ਲੀਡ ਲਗਾ ਕੇ ਕਮਰੇ 'ਚੋਂ ਇੱਥੇ ਤੱਕ ਪਹੁੰਚਾਈ ਤਾਂ ਕਿ ਦੇਖਾਂ 'ਚ ਨਾ ਉਰਲੀ ਦੇਖ ਚਾਹੁੰਦਾ ਤੂੰ ਨਾ ਫਿਰਿਓ ਇਹ ਬੁਕ ਅੱਗੇ 'ਚ ਰਹਿਣ। ਹਾਂਜੀ ਦੂਸਰੀ ਲਾਗੇ ਕਰ, ਦੂਸਰੀ ਦੇਗਾ ਲਾਗੇ ਕਰ, ਦੂਸਰੀਆਂ ਪਿਆਜ਼ ਪਹਿਲਾਂ ਉਰਲੀ ਦੇਖ ਘਰ ਪਹੁੰਚਾ ਦਿਓ। ਹਾਂਜੀ ਲਓ ਚੈੱਕ ਤਾਂ ਕਰੋ, ਚੈੱਕ ਤਾਂ ਕਰੋ ਇੱਕ ਦਫ਼ਾ, ਬਟਨ ਦੇਖ ਸੈੱਟ ਦੇਖਦਾ, ਬਟਨ ਬਟਨ ਦਾ ਰੌਲਾ ਆ, ਆ ਗਿਆ ਕਰੰਟ ਆ ਗਿਆ ਹੋਇਆ। ਇੱਕ ਮਾਮਾ ਦੇਖਾਂ ਇਨਵੈਟਰ ਲੱਗਦਾ ਸੀ, ਜਾ ਲਗਾ ਕਿਤੇ ਮੈਦਾਨ ਕਰ ਰਹੀ ਆ, ਚੇਕਰ ਬਿਜਲੀ ਆ ਗਈ ਆ, ਪਹਿਲਾਂ ਤਾਂ ਇਨਵੈਟਰ ਬੰਦ ਕਰਦੇ ਪਏ ਸੀ। ਮਾਸ਼ਾਅੱਲਾ ਖਤਮ ਸ਼ਰੀਫ ਹੋ ਗਿਆ, ਉਸ ਤੋਂ ਬਾਅਦ ਹੁਣ ਇੰਤਜ਼ਾਮੀਆਂ ਸਭੀ ਆਪਣੇ ਆਪਣੇ ਕੰਮ ਲੱਗ ਗਏ, ਕੋਈ ਰੋਟੀਆਂ ਨੂੰ, ਕੋਈ ਆਪਣਾ ਹਲੀਮ ਨੂੰ, ਪਰ ਕੁਝ ਪਾਣੀ ਨੂੰ, ਮੈਂ ਸਭੀ ਦੇ ਨਾਲ ਹੀ ਸ਼ਾਮਿਲ ਆ। ਹਲੀਮ ਪਾਪਾ ਪ੍ਰਾਰਥਨਾ ਰੱਖੀ ਜਾਂਦੀ ਤਾਂ ਕਿ ਠੰਡਾ ਹੋ ਜਾਵੇ, ਰੋਟੀਆਂ ਪੈਕਿੰਗ ਕਰਕੇ ਰੋਟੀ ਗਰਮ ਰਹੇ, ਔਰ ਕੁਛ ਆਵਾਮ ਆ ਰਹੀ, ਕੁਛ ਆ ਗਈ, ਕੁਛ ਆ ਰਹੀ ਹਜੇ, ਕੁਛ ਉੱਧਰ ਬੈਠੀ ਹੋਈ ਆ। ਮਾਸ਼ਾਅੱਲਾ ਵੀ ਮਾਸ਼ਾਅੱਲਾ ਸਾਡਾ ਲੰਗਰ ਦਾ ਕੰਮ ਖਤਮ ਹੋ ਸਕਦਾ, ਉਸ ਤੋਂ ਬਾਅਦ ਸਾਡਾ ਇਹ ਵੀ ਹਲੀਮ ਬਸ ਕੇ ਥੋੜ੍ਹੇ ਹੋਰ ਬੱਚੇ ਆਇਆ, ਉਸ ਤੋਂ ਬਾਅਦ ਤਕਸੀਮ ਕਰਦੇ ਪਏ ਹਾਂ। ਆਵਾਮ ਬਿਲਕੁਲ ਚਲੀ ਗਈ ਆ, ਅਤੇ ਹੁਣ ਪਰਾਤਾਂ ਵਗੈਰਾ ਖਾਣਾ ਸਮਾਨ ਪੂਰਾ ਕਰਨਾ, ਮੈਂ ਕੁੱਲ ਦਾ ਹੀ ਮੈਂ ਲੱਗ ਚੱਲਦਾ। ਅਤੇ ਅਸੀਂ ਵੀ ਹੁਣ ਸਾਮੀ ਬਾਈ ਉਹਨਾਂ ਨੂੰ ਤਕਸੀਮ ਕਰ ਦਾਂਗੇ। ਅੱਛਾ ਵੀ ਮਾਸ਼ਾਅੱਲਾ ਹੁਣ ਕਨੋਪਾ ਜਿਹੜਾ ਲਗਾਇਆ ਸੀ ਉਤਾਰਦੇ ਹਾਂ, ਅਤੇ ਫਿਰ ਇਸ ਨੂੰ ਲੋਡ ਕਰਦੇ ਹਾਂ, ਅਤੇ ਇਨਸ਼ਾਅੱਲਾ ਅੱਲਾਹ ਰੱਖਿਆ ਖੈਰ, ਅਗਲੇ ਸਾਲ ਦੁਬਾਰਾ ਇੰਤਜ਼ਾਮ ਕਰਾਂਗੇ। ਜੀ ਅੱਬੂ ਜੀ ਮਿੱਠੀ ਮਿੱਠੀ
ਅੱਛਾ ਬੁਜੀ ਯਾਰ ਕੀਤਾ ਫਲੋ ਸ਼ਵਾਬ ਨੇ ਜਰਾ ਅਸਲ ਚ ਜਗਦਮ ਹੋ ਗਏ ਉਹ ਖੋ ਜਾਂਦੇ ਘਾਟੇ ਵਾਲੇ ਚਾਚਾ ਕੋਈ ਨਹੀਂ ਸੋਹਣਾ ਮਾਸ਼ਾਅੱਲਾ ਸਾਰੀਆਂ ਸੋਹਣੀ ਜਿੰਨਾ ਬਾਤੀਆਂ ਰੋਟੀ ਵੀ ਮਾਸ਼ਾਅੱਲਾ ਵਸਰੀ ਬਚ ਗਈ ਆ ਤੇ ਆ ਵੀ ਬਚ ਗਿਆ ਉਹਨੇ ਤਕਸੀਮ ਹੋ ਜਾਏਗਾ ਕੋਈ ਨਹੀਂ ਬਚ ਜਾਵੇ ਕੋਈ ਗੱਲ ਨਹੀਂ ਬਸ ਥੋੜੇ ਨਾ ਚੀਜ਼ ਬਚ ਗਈ ਹੈ ਹਾਂ ਹਰ ਚੀਜ਼ ਬਚ ਗਈ ਪਾਣੀ ਵੀ ਠੰਡਾ ਬਚਿਆ ਪਿਆ ਬਰਫ ਹਜੇ ਵਿੱਚ ਪੈ ਰਹੀ ਸੀ ਹਾਂਜੀ ਆ ਦੁੱਧ ਵੀ ਅੱਜ ਪਿਆ ਵੀ ਪੀ ਲਾ ਦੁੱਧ ਬੜਾ ਲੱਗ ਰਿਹਾ ਪੀਓ ਚਾਚਾ ਪੀਓ ਹੀ ਤਾਂ ਮੈਂ ਕਹਿੰਦਾ ਪੀਓ ਹੁਣ ਤਾਂ ਵੇਲੇ ਥਾਂ ਯਾਰ ਪੀਆ ਚਾਚਾ ਪੀਓ ਮਿਲਾਦ ਪਾਕ ਖਤਮ ਹੋ ਚੁੱਕੇ ਇਧਰਲੇ ਸਾਈਡ ਤੇ ਇੱਥੇ ਬੰਦੇ ਗੱਪ ਕਾਇਆ ਸੀ ਹਾਂ ਇੱਥੇ ਦੇਖਾ ਪੂਰ ਦਿੱਤੇ ਉਹਨਾਂ ਨੇ ਚਾਹਰੋ ਨਿੱਕੇ ਕਰ ਕੋਈ ਤੁਹਾਡੇ ਕਾਸ਼ੀ ਦੇ ਬਰਤਨ ਹੋਏ ਇੰਚ ਮੁਸਕਰਾ ਹਾਂ ਮੈਨੂੰ ਨਾ ਬਰਤਨ ਉਹ ਲਿਆ ਉਹ ਕਿਸੇ ਪੰਪ ਤਾਂ ਕੁੱਤੀ ਆ ਗਈ ਨਾ ਚੂਚੇ ਬਚਾ ਲਵਾਂ ਮੈਂ ਉਹਨੂੰ ਭਜਾਵਾਂ ਉਹ ਭਜਾਓ 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 ਉਹ ਚੂਚੇ ਉੱਥੇ ਹੀ ਨੇ ਚੂਚੇ ਉੱਥੇ ਹੀ ਨੇ ਉਹ ਚੂਚੇ ਉੱਥੇ ਹੀ ਨੇ ਅੱਛਾ ਛੋਟੇ ਛੋਟੇ ਬੱਚੇ ਆ ਚੂਜ਼ੋ ਕੇ मुर्गियों के अच्छे देखे मुर्गियों के छोटे छोटे बच्चे हैं जो डोगी जो है ना ये बाहर से आते हैं तो खा जाते हैं उनको इसलिए वो हैं अभी बिल्कुल ही छोटे छोटे हो गए चलो ऐ नहीं नहीं भी हो गए नेरिया दे बच्चा तो ये प्याज छमी सेट के गए ने अच्छा ਅੱਜ ਬੱਚਿਆਂ ਛੋਟਿਆਂ ਨੇ ਅੱਖ ਅੱਖਰ ਲੱਗਿਆ ਦੌੜੀਆਂ ਨੇ ਦੇਖਣਾ ਉੱਪਰ ਪਿਆਂ ਤੱਕ ਮਾਦਰੇ ਤੇ ਮੈਂ ਆ ਗਿਆ ਬੱਚੇ ਦੱਬ ਕੇ ਭਜਾਏ ਸਾਰੇ ਮੈਂ ਕਿਹਾ ਜੀ ਬੱਚਿਆਂ ਦਾ ਤੇ ਹੋਰ ਤਾਂ ਰਹਿਣਗੇ ਜਿਹੜੇ ਬੱਚੇ ਜਿੰਨੇ ਵੀ ਆ ਮੈਂ ਕਿਹਾ ਮੈਂ ਤੁਹਾਨੂੰ ਕੁੱਟਣਾ ਨਹੀਂ ਸਾਰੇ ਉੱਥੇ ਮੋਰੀ ਹੋ ਗਿਆ ਖਤਮ ਤੇ ਉਹ ਸ਼ਰਾਰਤਾਂ ਕਰਨੇ ਤੇ ਪਿਆਂ ਚੱਕ ਕੇ ਸਾਰੇ ਖਖਣ ਮਾਰਦੇ ਸੀ ਹਾਂ ਤੇ ਮੈਂ ਆ ਗਿਆ ਭਜਾ ਬੇਵਕੂਫ ਇੱਕ ਬੜੀ ਜਿਹੀ ਚੀਜ਼ ਨੂੰ ਮੈਂ ਕਹਿ ਰਿਹਾ ਪੁੱਤਰੀ ਤੇ ਸਾਰੇ ਬੱਚਿਆਂ ਨੂੰ ਜਿਹੜਾ ਇਹ ਕੰਮ ਦੇ ਕਰਨਾ ਉਹ ਦੋਰੇ ਨੂੰ ਦੱਸ ਦੇ ਅੱਛਾ ਇਹ ਵੇਖੋ ਅੰਡੇ ਮੁਰਗੀਆਂ ਦੇ ਹੋਰ ਕਿਤੇ ਆ ਦੋ ਪੇ ਨੇ ਇਹ ਬਾਈ ਫਿਆਲ ਦੇ ਮਕਾਨਾਂ ਚ ਵੀ ਦੋ ਅੰਡੇ ਹਾਂਜੀ ਇੱਧਰ ਵੀ ਹੁੰਦੀਆਂ ਨੇ ਕਿੱਥੇ ਬਰਫ਼ ਕਿੱਥੇ ਪਈ ਸੀ ਅੱਛਾ ਜੀ ਯਹਾਂ ਪੇ ਨਾ ਬਰਫ਼ ਰੱਖੀ ਹੋਈ ਸੀ ਤੋ ये ब्लॉक बर्फ का ये देखिए हाँ नहीं छापर संभाल लो तो बर्फ चुक लो है इस तरह मेरे को तो नहीं जाने थोड़े अबू या ख्याल को पली लेके आया अच्छा उन्हें जल्दी मैं खलोता है छापर पिया का बड़ा बुला के पली दे आना पली साफ ही क्लियर सिपा जाइए चक्को मेरे को नहीं चिकिंदी ਚਲੋ ਚੱਕੋ ਪਿਛਲੀ ਦਫਾ ਮੈਂ ਤੇ ਪੁੱਛ ਕੇ ਲੈ ਕੇ ਆਏ ਸੀ ਪੂਣੀਆਂ ਹੀ ਬਹੁਤ ਨੇ ਤੇ ਮੌਸਮ ਜ਼ਬਰਦਸਤ ਹੈ ਔਰ ਪਹਿਲੇ ਤੋਂ ਥਾ ਯਹਾਂ ਪੇ ਪਾਤੇ ਐਸਾ ਲੱਗ ਰਿਹਾ ਸੀ ਜੈਸੇ ਅਭੀ ਬਾਰਿਸ਼ ਆਉਣ ਵਾਲੀ ਹੈ ਲੇਕਿਨ ਆਂਧੀ ਆਈ ਹੈ ਹਲਕੀ ਹਲਕੀ ਇਹ ਸਾਰੀ ਰੇਤ 'ਚ ਹੈ ਨਾ ਇਹ ਰੂਮ ਹੀ ਜਾਂਦੀ ਹੈ ਇੱਕ ਮਿੰਟ ਆਈ ਆਈ